ਪਹਿਲੀ ਪਹਿਲਾਂ ਮਿਲਦੇ ਫਿਰ ਦੋ ਚਾਰ ਦਿਨਾਂ ਤੱਕ, ਤਿੰਨ ਚਾਰ ਦਿਨਾਂ ਤੱਕ। ਆ ਬਿਸਕੁਟ ਦਾ ਟਾਈਜ਼ਨ ਖਾਂਦਾ ਆ, ਇਹ ਟਾਈਜ਼ਨ ਖਾਂਦਾ ਬਿਸਕੁਟ ਮੈਰੀ ਲਾਈਟ। ਤੇ ਮੈਂ ਹੋ ਗਿਆ ਵਾ ਮਾੜਾ ਯਾਰ, ਤੇ ਕਹਿੰਦੇ 4 ਵਜੇ ਚੈਕਿੰਗ ਹੈਗਾ ਵਾ, ਮਤਲਬ ਚੈਕਿੰਗ ਹੋਣੀ ਸਾਡੀ, 7 ਵਜੇ ਆਪਣੀ ਫਲਾਈਟ ਆ। ਕਿੰਨੇ ਘੰਟੇ ਦਾ ਗਏ ਮਤਲਬ? ਵੀਰ ਹੋਣੀ ਬਾਏ ਬਾਏ ਦੇ ਕਰਨ ਸਾਰਿਆਂ ਨੂੰ ਸਾਨੂੰ, ਚਾਹੇ ਉੱਡਣ ਲੱਗਾ ਆਪਣਾ ਐਰੋਪਲੇਨ। ਹਾਂਜੀ ਮਿੱਤਰੋ, ਕਿੱਦਾਂ ਠੀਕ ਜੇ ਸਾਰੇ ਜਾਣੇ? ਅਤੇ ਅੱਜ ਦਾ ਵਲੋਗ ਤੁਹਾਡੇ ਸਭ ਨਾਲ ਮੈਂ ਸ਼ੇਅਰ ਕਰਨ ਜਾ ਰਿਹਾ ਵਾਂ। ਜਿੱਦਾਂ ਕਿ ਮੈਂ ਆਪਣੇ ਪਿਛਲੇ ਵਲੋਗ 'ਚ ਕਿਹਾ ਸੀਗਾ ਕਿ ਇੱਕ ਘੈਂਟ ਜਿਹਾ ਵਲੋਗ ਆਊਗਾ, ਅਤੇ ਉਹ ਵਲੋਗ ਅੱਜ ਆ ਗਿਆ। ਠੀਕ ਆ, ਬਾਕੀ ਟਾਈਮ ਵੇਖ ਲਓ। ਰਾਤ ਸਾਰੀ ਸੁੱਤਾ ਹੀ ਨਹੀਂ ਮੈਂ, ਕਿਉਂਕਿ ਮੈਂ ਆਪਣੇ ਦੋਸਤਾਂ ਨਾਲ ਰਾਤੀ ਘੁੰਮ ਫਿਰ ਕੇ ਆਇਆ। ਮੈਂ ਕਿਹਾ ਹੁਣ ਕੀ ਸੋਣਾ ਵਾ, ਕਿਉਂਕਿ ਆਪਾਂ ਨੂੰ 9 ਵਜੇ ਉੱਠਣਾ ਹੀ ਪੈਣਾ ਸੀਗਾ। ਅਤੇ ਯਾਰ ਅੱਜ ਦਾ ਵਲੋਗ ਤੁਹਾਡੇ ਸਭ ਨਾਲ ਮੈਂ ਸ਼ੇਅਰ ਕਰਨ ਜਾ ਰਿਹਾ ਵਾਂ। ਮੈਂ ਅਤੇ ਮੰਮੀ ਚੱਲੇ ਹਾਂ ਦਿੱਲੀ ਏਅਰਪੋਰਟ। ਠੀਕ ਆ, ਬਾਕੀ ਉੱਥੇ ਜਾ ਕੇ ਵੇਖਦੇ ਹਾਂ ਆਪਾਂ ਅੱਗੇ ਕਿੱਥੇ ਜਾਂਦੇ ਹਾਂ। ਬਾਕੀ ਟੈਨਸ਼ਨ ਨਾ ਲਓ, ਮੈਂ ਕੈਨੇਡਾ ਨਹੀਂ ਚੱਲਾਂ ਵਾਂ ਕਿਤੇ, ਉਹ ਤੁਹਾਨੂੰ ਲੱਗ ਜੂਗਾ ਵਲੋਗ ਵੇਖ ਕੇ ਪਤਾ। ਬਾਕੀ ਵਲੋਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇੰਟਰਸਟਿੰਗ ਵਲੋਗ ਹੈਗਾ, ਕੋਸ਼ਿਸ਼ ਪੂਰੀ ਕਰਾਂਗੇ ਇੰਟਰਸਟਿੰਗ ਵਲੋਗ ਬਣੇ। ਅਤੇ ਬਾਕੀ ਮੈਂ ਅਤੇ ਮੰਮੀ ਹਾਲੇ ਫਿਲਹਾਲ ਚੱਲੇ ਆਪਾਂ ਸਟੇਸ਼ਨ, ਆਪਾਂ ਟ੍ਰੇਨ 'ਤੇ ਜਾਣਾ ਦਿੱਲੀ, ਵਧੀਆ ਵਾਲੀ ਟ੍ਰੇਨ 'ਤੇ। ਟ੍ਰੇਨ 'ਤੇ ਦਿੱਲੀ ਜਾਵਾਂਗੇ, ਅਤੇ ਉਸ ਤੋਂ ਬਾਅਦ ਆਪਾਂ ਏਅਰਪੋਰਟ ਜਾਵਾਂਗੇ, ਅਤੇ ਫਿਰ ਏਅਰਪੋਰਟ ਤੋਂ ਅੱਗੇ ਦੀ ਡੈਸਟੀਨੇਸ਼ਨ ਤੁਹਾਨੂੰ ਬਾਅਦ 'ਚ ਦੱਸਾਂਗੇ। ਠੀਕ ਹੈ, ਬਾਕੀ ਵਲੋਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ, ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਠੀਕ ਹੈ, ਨੀਂਦ ਮੈਨੂੰ ਬਹੁਤ ਜ਼ਿਆਦਾ ਆਈ ਹੋਈ ਆ, ਪਰ ਹੁਣ ਮੈਂ ਟ੍ਰੇਨ ਦੇ ਵਿੱਚ ਸੁੱਤਾ ਹੀ ਜਾਣਾ ਆਰਾਮ ਨਾਲ। ਠੀਕ ਹੈ, ਬਾਕੀ ਕਹਿੰਦੇ ਆ ਬਾਕੀ ਹੁਣ ਮੈਂ ਤਿਆਰ ਵਗੈਰਾ ਹੋਣ ਲੱਗਾ, ਨਹਾਉਣ ਲੱਗਾ ਵਾਂ। ਠੀਕ ਹੈ, ਅਤੇ ਆਪਾਂ ਤਿਆਰ ਸ਼ਿਆਰ ਹੋ ਗਏ, ਫਿਰ ਵਲੋਗ ਕੰਟੀਨਿਊ ਕਰ। ਮੰਮੀ ਤਿਆਰ ਜੇ, ਰੈਡੀ ਹੈ ਜਾਣਾ? ਸਰ ਨੀਂਦ ਨੂੰ ਤਾਂ ਨਹੀਂ ਆਈ ਹੋਈ? ਤੁਹਾਨੂੰ ਨਹੀਂ ਆਈ ਨੀਂਦ? ਮੈਨੂੰ ਬਹੁਤ ਜ਼ਿਆਦਾ ਨੀਂਦ ਆਈ ਹੋਈ ਹੈ, ਸੋਹਣਾ ਹੀ ਆ। ਅਟੈਚੀ ਪੈਕ ਹੋਵੇ, ਮੈਂ ਹਾਲੇ ਯਾਰ ਕੱਪੜੇ ਪਾਉਣੇ ਆ, ਨਵੇਂ ਲਿਆਂਦੇ ਸੀਗੇ। ਬਾਕੀ ਆਪਾਂ ਦਿੱਲੀ ਏਅਰਪੋਰਟ ਚੱਲੇ ਹਾਂ, ਲੋਕਾਂ ਨੂੰ ਲੱਗਣਾ ਕੈਨੇਡਾ ਚੱਲਾ ਵਾ। ਕੈਨੇਡਾ ਨਹੀਂ ਭਰਾ ਚੱਲੇ ਹਾਂ ਹਾਲੇ, ਲੱਗ ਜੂ ਪਤਾ ਕੈਨੇਡਾ ਨਹੀਂ ਚੱਲੇ ਆਪਾਂ। ਐਵੇਂ ਨਹੀਂ ਸਸਪੈਂਸ ਪਾਉਂਦੇ ਫਜ਼ੂਲ ਦੇ ਆਪਾਂ, ਚੱਲੇ ਲੱਗਦਾ ਕਿ ਚੱਲੇ ਹਾਂ, ਚੱਲੇ ਜਹਾਜ਼ 'ਤੇ ਹਾਂ। ਪਰ ਅਤੇ ਆਹ ਆਪਣਾ ਅਟੈਚੀ ਪੈਕ ਹੋ ਗਿਆ ਤਾ। ਠੀਕ ਹੈ, ਟੋਪੀ ਉਹ ਕੱਢਤੀ, ਟੋਪੀ ਨਹੀਂ ਚਾਹੀਦੀ। ਅਤੇ ਡਰਾਇਰ ਪਾ ਦਿਓ, ਡਰਾਇਰ ਕੋਈ ਚੱਕਰ 'ਤੇ ਨਾ ਹੁੰਦਾ ਇਲੈਕਟ੍ਰਿਕ ਸਮਾਨ ਹੈਂ? ਕੁੜੀ ਤੁਹਾਡੀ ਕਹਿੰਦੀ ਨਹੀਂ ਹੈਗਾ, ਮੈਥੋਂ ਕਹਿੰਦੀ ਹੈ ਨਹੀਂ ਹੁੰਦਾ। ਵੀ ਇੱਦਾਂ ਹੀ ਯਾਰ, ਬਾਕੀ ਮੈਂ ਆ ਪਹਿਲੀ ਵਾਰੀ ਏਅਰਪੋਰਟ ਗਿਆ ਅੱਗੇ ਵੀ, ਮਤਲਬ ਅੰਦਰ ਨਹੀਂ ਗਿਆ ਕਦੀ ਏਅਰਪੋਰਟ 'ਤੇ, ਮੀਨਸ ਇੰਜਨ ਨੂੰ ਚੜ੍ਹਾਉਣ ਗਿਆ ਸੀ ਹੈ ਨਾ, ਇੱਕ ਅੱਧੀ ਵਾਰੀ ਗਿਆ ਬਸ, ਉੱਦਾਂ ਨਹੀਂ ਮੈਨੂੰ ਏਅਰਪੋਰਟ ਦਾ ਹਿਸਾਬ ਪਤਾ। ਬਾਕੀ ਹਾਂ ਕਰ ਲਾਂਗੇ ਡੀਲ ਯਾਰ, ਹੈ ਮੰਮੀ ਮੰਮੀ ਡਰੀ ਜਾਂਦੇ ਸੀਗੇ, ਮੰਮੀ ਕਹਿੰਦੇ ਤੂੰ ਡੀਲ ਨਹੀਂ ਕਰ, ਮਤਲਬ ਡੀਲ ਮੀਨਸ ਕਿ ਏਅਰਪੋਰਟ 'ਚ ਕਹਿੰਦੇ ਤੈਨੂੰ ਸਮਝ ਨਹੀਂ ਕੁਛ ਲੱਗਣਾ ਹੈ ਨਾ, ਲੱਗ ਜੂ ਸਭ ਸਮਝ, ਲਵਾ ਲਾਂਗੇ ਸਭ ਸਮਝ। ਠੀਕ ਹੈ, ਚਲੋ ਠੀਕ ਹੈ, ਚਲੋ ਯਾਰ ਮੈਂ ਤਿਆਰ ਸ਼ਿਆਰ ਹੋ ਜਾਂ, ਫਿਰ ਮੈਂ ਵਲੋਗ ਕਰਦਾ। ਬੜੀ ਜ਼ਿਆਦਾ ਘੈਂਟ ਨੀਂਦ ਆਈ ਹੋਈ ਹੈ, ਹੁਣ ਟ੍ਰੇਨ 'ਚ ਜਾ ਕੇ ਸੋਵਾਂਗੇ। ਮੈਨੀ ਮੈਨੀ ਮਿੰਟਸ ਲੇਟਰ। ਲਓ ਵੀ ਮਿੱਤਰੋ, ਮੈਂ ਹੋ ਗਿਆ ਰੈਡੀ, ਅਤੇ ਤਿਆਰ ਜੇ ਚਲੀਏ। ਟੈਚੀ ਇੱਕੋ ਹੀ ਆ? ਕਿਹੜਾ ਬੈਗ? ਅੱਛਾ, ਵੇਖ ਲਿਓ ਕੋਈ ਸਮਾਨ ਸਮੂਨ ਰਹਿ ਜੇ, ਗਰਮੀ ਬੜੀ ਯਾਰ। ਆਹ ਅੰਦਰ ਅੰਦਰ ਮਜ਼ਾ ਆ ਜਾਂਦਾ, ਅੰਦਰ ਏ ਸੀ ਚੱਲਦੇ ਹੈ ਨਾ, ਬਾਹਰ ਤਾਂ ਜਲੂਸ। ਮੈਂ ਮਾੜਾ ਜਿਹਾ ਬਾਹਰ ਨਿਕਲਿਆ ਨਾਲ ਹੀ ਪਸੀਨੋ ਪਸੀਨੀ, ਪਸੀਨਾ ਬਣਾਉਂਦਾ। ਬਸ ਯਾਰ ਇਹ ਹੁਣ ਚੱਲੇ ਦੇ ਹੈ ਉੱਥੇ ਸਟੇਸ਼ਨ, ਸਾਡੀ 4:45 ਪਤਾ ਨਹੀਂ, 4:50 ਜਾਂ 4:30 ਵਜੇ ਦੀ ਟ੍ਰੇਨ ਹੈਗੀ ਸੀਗੀ। ਠੀਕ ਹੈ,
ਤੇ 4 ਵਜ ਗਏ ਮੇਰੇ ਹਿਸਾਬ ਨਾਲ। ਦੂਜਾ ਆਈਫੋਨ ਕਿੱਥੇ ਆ? ਚਲੋ ਯਾਰ ਆਪਾਂ ਕੀ ਕਹਿੰਦੇ ਆ, ਬਸ ਹੁਣ ਮੈਂ ਥੱਲੇ ਚੱਲਾਂ, ਟੈਚ ਟੁੱਚ ਥੱਲੇ ਰਖਾਈਏ ਅਤੇ ਫਿਰ ਆਪਾਂ ਸਟੇਸ਼ਨ 'ਤੇ ਚੱਲਦੇ ਹਾਂ, ਫਿਰ ਤੁਹਾਨੂੰ ਬਲੋਗ ਅੱਗੇ ਵੇਖੀ ਜਾਏ ਸਾਰਿਆਂ ਨੇ। ਪੈਰੀ ਪਹਿਲਾਂ ਮਿਲਦੇ ਹਾਂ ਫਿਰ 2-4 ਦਿਨਾਂ ਤੱਕ, 3-4 ਦਿਨਾਂ ਤੱਕ। ਚੱਲ ਮੰਮੀ ਚੱਲੀਏ। ਚਲੋ ਯਾਰ ਆਪਾਂ ਚੱਲੇ ਹਾਂ, ਅਤੇ ਸੱਚ ਮੇਰੀ ਐਨਕ ਰਹਿ ਗਈ, ਇੱਕ ਮੈਂ ਐਨਕ ਲੈ ਲਾਂ। ਐਨਕ ਕਿੱਥੇ ਮੇਰੀ? ਇਹ 'ਚ ਭਾਈ ਮੈਂ ਤਾਂ ਮੰਮੀ ਸਟੇਸ਼ਨ ਪਹੁੰਚ ਗਏ ਹਾਂ, ਟ੍ਰੇਨ ਲੱਭਦੇ ਪਏ ਹਾਂ ਆਪਣੀ, ਤੁਰੇ ਜਾਂਦੇ ਹਾਂ, ਲੱਭ ਕੇ ਬੈਗ ਨੂੰ ਬਕਸਾ ਹੀ ਹੈ ਨਾ। ਚਲੋ ਟ੍ਰੇਨ 'ਚ ਬਹਿੰਦੇ ਹਾਂ। ਲੋ ਵੀ ਮੈਂ ਮੰਮੀ ਟ੍ਰੇਨ 'ਚ ਬਹਿ ਗਏ ਹਾਂ, ਅਤੇ ਮਹਾਂ ਨੂੰ ਲੱਭਾ ਆਪਣਾ ਡੱਬਾ, ਸੀਟ ਵੀ ਪਹਿਲੀ 'ਤੇ ਚੱਲੇ ਮੈਂ ਤਾਂ ਨਹੀਂ ਬਾਹਰ ਨੂੰ, ਇਕੱਲੇ ਪਹਿਲੀ 'ਤੇ ਚੱਲਾਂ ਲੈ ਕੇ ਮੰਮੀ ਨੂੰ। ਇਹ ਡਰਦੇ ਵਿਚਾਰੇ, ਏਅਰਪੋਰਟ 'ਤੇ ਜਾਣਾ ਹਾਲੇ ਉਹਨੂੰ ਪਤਾ ਨਹੀਂ ਸਿਸਟਮ ਕੀ ਹੈਗਾ, ਹੈ ਨਾ। ਚਲੋ ਯਾਰ ਹੁਣ ਮੈਂ ਸੋਚ ਰਿਹਾ ਟ੍ਰੇਨ 'ਚ ਸੋਣਾ, ਤੁਸੀਂ ਕਿਉਂ? ਚੰਗਾ ਮੈਂ ਸੋਚਣਾ ਹੁਣ, ਬਾਕੀ ਐਂ ਕੂਲਿੰਗ ਪੂਰੀ ਠੰਡੀ ਟ੍ਰੇਨ ਹੈ ਨਾ। ਚਲੋ ਵਿੱਚ ਵਿੱਚ ਹੁਣ ਬਲੋਕ ਕਰੀ ਜਾਵਾਂਗੇ। ਮੈਨੂੰ ਮਿੱਤਰੋ ਇੰਨੀ ਜ਼ਿਆਦਾ ਨੀਂਦ ਆਈ ਹੋਈ ਹੈ ਨਾ, ਤੁਹਾਨੂੰ ਆਈ ਨੀਂਦ? ਮੈਨੂੰ ਬਹੁਤ ਨੀਂਦ ਆਈ, ਮੈਂ ਲੱਗਿਆ ਸੌਣ। ਬਾਕੀ ਨਜ਼ਾਰਾ ਚੈੱਕ, ਵਧੀਆ ਸੋਣਾ ਨਹੀਂ ਆ। ਤੁਸੀਂ ਤੁਸੀਂ ਵੀ ਨਹੀਂ ਸੁੱਤੇ ਆ ਰਾਤੀ? ਮੈਂ ਸੌਣ ਲੱਗਾ ਫਿਰ, ਠੀਕ ਹੈ, ਮੈਂ ਸੌਣ ਲੱਗਾ। ਮੈਂ ਕਿਹਾ ਮੈਂ ਸੌਣ ਲੱਗਾ ਫਿਰ, ਫੋਨ ਮੈਂ ਇੱਥੇ ਚਾਰਜ ਲਾਤਾ ਸੀ, ਮੇਰਾ ਫੋਨ ਵੀ ਡੈਡ ਹੈਗਾ। ਚਲੋ ਯਾਰ ਮਾੜਾ ਜਿਹਾ ਅੱਗੇ ਪਿੱਛੇ ਪਹੁੰਚਦੇ ਹਾਂ, ਫਿਰ ਉਸ ਤੋਂ ਬਾਅਦ ਲੋਕ ਬਾਕੀ ਕਰਦੇ ਆ ਬਸ। ਲੋਕ ਵੀ ਆਪਣਾ ਖਾਣ ਪੀਣ ਦਾ ਸਮਾਨ ਆਇਆ ਵਾ, ਆਹ ਤੈਨੂੰ ਪਾਣੀ ਹੈਗਾ ਵਾ। ਕੀ ਮੈਂ ਬਣਾਉਣੀ ਸਿਖਾਉਣੀ ਆ? ਬਣਾਓ। ਨਹੀਂ ਚਾਹ ਕੌਫੀ ਕੀ ਹੈ? ਚਾਹ ਅੱਛਾ, ਇੱਕ ਤਾਂ ਬਣਦੀ ਹੈ। ਆ ਗਈ ਹੈ ਦੁੱਧ, ਸੁੱਕਾ ਦੁੱਧ। ਦੁੱਧ ਇਹ ਕੀ ਸਿਸਟਮ ਹੈਗਾ, ਤੁਸੀਂ ਆ ਬਣਾ ਲਈ ਆਪਣੀ? ਹਾਂ ਵਧੀਆ ਸਿਸਟਮ ਹੈਗਾ ਹੈ ਨਾ। ਉਹ ਚਾਹ ਕੀਤੀ ਦੂਜੀ? ਉਹ ਨਾਲ ਕੋਈ ਗਿਆ ਹੈ, ਉਹ ਆਂਟੀ ਉੱਠ ਕੇ ਗਏ। ਅੱਛਾ ਮੈਂ ਚਾਹੁੰਦਾ ਸੀ ਯਾਰ ਕਿ ਦੋ ਵੱਡੀ ਇਕੱਠੀ ਸੀਟ ਹੋਣ, ਸਾਡੇ ਨਾਲ ਕੋਈ ਹੋਰ ਵੀ ਬੈਠਾ ਵਾ, ਉਦਾਂ ਆਪਾਂ ਇਕੱਠੇ ਬਹਿਣਾ ਸੀ ਦੋਵਾਂ ਨੇ। ਅੱਛਾ ਇੱਦਾਂ ਸਾਡੇ ਸਕੂਲੇ ਮੈਡਮਾਂ ਕਰਦੀਆਂ ਹੁੰਦੀਆਂ ਸੀ, ਵਧੀਆ ਹੁੰਦਾ ਟੇਸਟ ਇਹਦਾ, ਆਹ ਬਿਸਕੁਟ ਦਾ ਟਾਈਜ਼ਨ ਖਾਂਦਾ ਉਹ, ਇਹ ਟਾਈਜ਼ਨ ਖਾਂਦਾ ਬਿਸਕੁਟ ਮੈਰੀ ਲਾਈਟ। ਹੈਂ ਮੈਰੀ ਕਲਾਸਿਕ, ਉਹਨੇ ਕਦੀ ਵੀ ਨਹੀਂ ਮੂੰਹ ਲਾਣੇ, ਗੋਲਡ ਖਾਂਦਾ ਮੈਰੀ ਗੋਲਡ। ਵੀ ਆਪਾਂ ਪਹੁੰਚ ਗਏ ਹਾਂ ਦਿੱਲੀ, ਕਿੱਦਾਂ ਰਿਹਾ ਸਫ਼ਰ? ਹੁਣ ਆਪਾਂ ਅੱਗੇ ਜਾਂਦੇ ਹਾਂ, ਤੁਸੀਂ ਸੁੱਤੇ ਰਹੇ ਸਾਰੀ ਰਸਤੇ ਹੈ ਨਾ, ਸਾਰੇ ਰਾਹ ਸੁੱਤੇ ਰਹੇ? ਬੈਗ ਫੜ ਕੇ ਮੈਂ ਸਦਾਈ ਹੋ ਗਿਆ। ਚਲੋ ਯਾਰ ਅੱਗੇ ਵੇਖਦੇ ਹਾਂ ਸਿਸਟਮ। ਮੈਂ ਤਾਂ ਮੰਮੀ ਮੈਟਰੋ ਟ੍ਰੇਨ ਲੈਣ ਲੱਗੇ ਹਾਂ, ਸਮਝ ਕੁਛ ਲੱਗਦਾ ਨਹੀਂ, ਮੈਂ ਪੁੱਛ ਪੁੱਛ ਕੇ ਫਿਰ ਵੀ ਆਈ ਜਾਂਦੇ ਹਾਂ। ਓਕੇ ਸੋਕੇ ਚੈੱਕ ਕਰੋ, ਬਾਕੀ ਮੰਮੀ ਪਹਿਲੀ ਵਾਰੀ ਆਏ ਆ, ਥੋੜ੍ਹਾ ਘਬਰਾ ਆਉਂਦੇ ਆ, ਪੁੱਛ ਪੁੱਛ ਕੇ ਆ ਹੀ ਗਏ ਹੈ ਨਾ ਇੰਨੀ ਦੂਰ। ਚਲੋ ਯਾਰ
ਟ੍ਰੇਨ ਇੱਧਰਲੇ ਤਾਂ ਨਹੀਂ ਹੈਗੀ, ਪੁੱਛਿਆ ਆਪਾਂ ਕਿਸੇ ਨੂੰ, ਮੈਟਰੋ ਟ੍ਰੇਨ ਸਿੱਧੀ ਏਅਰਪੋਰਟ ਲਾਓ ਜੀ ਸਾਨੂੰ, ਏਅਰਪੋਰਟ ਆਪਾਂ ਫਿਰ ਗਵਾਂਗੇ ਹੈ ਨਾ, ਅਤੇ ਬਸ ਹੁਣ ਆਪਾਂ ਟ੍ਰੇਨ 'ਤੇ ਬਹਿ ਕੇ ਫਿਰ ਅੱਗੇ ਲੋਕ ਅੱਗੋਂ ਲੋਕ ਕਰ ਮੈਟਰੋ ਟ੍ਰੇਨ 'ਚ ਬਹਿ ਗਏ ਹੋਏ ਹਾਂ, ਵੇਖ ਲਓ ਕਿੱਡੀ ਘੈਂਟ ਟ੍ਰੇਨ ਹੈਗੀ ਆ, ਇੱਧਰੋਂ ਪਰ ਨਜ਼ਰ ਕੁਛ ਨਹੀਂ ਆਉਂਦੇ, ਮਾੜਾ ਮਾੜਾ ਨਜ਼ਰ ਆਉਂਦਾ ਰਸਤਾ, ਇਹ ਉਹ 'ਚੋਂ ਜਾਂਦੀ ਆ ਟਨਲ, ਟਨਲ ਜਿਹੜਾ ਹੁੰਦਾ ਉਹ 'ਚ ਜਾਂਦੀ ਬਈ ਆ, ਹੱਸੀ ਹੋ ਜਾਂਦੇ ਜੀ ਅਤੇ ਮੰਮੀ ਹੋਣੇ ਵਿਚਾਰੇ ਚਾਹ ਪੀ ਸਾਡੇ ਜੀ, ਅਤੇ ਆਪਣੀ ਫਲਾਈਟ, ਆਪਣੀ ਨਾ ਫਲਾਈਟ ਹੈਗੀ ਲੇਟ ਆਈ, ਹੁਣ ਵੇਟ ਕਰਦੇ ਪਏ ਥੋੜ੍ਹੀ ਜਿਹੀ, ਹੈ ਨਾ ਗਰਮੀ ਬੜੀ ਨਾ ਇੱਥੇ, ਬਹੁਤ ਗਰਮੀ, ਗਰਮੀ ਨਾਲ ਜਾਨ ਨਿਕਲੀ ਪਈ ਸਾਡੀ ਸਾਰਿਆਂ ਦੀ, ਬਾਕੀ ਵੇਖ ਲਓ, ਬਾਕੀ ਮੈਂ ਕੈਨੇਡਾ ਨਹੀਂ ਚੱਲਾ ਹੈਗਾ, ਸਾਰਿਆਂ ਨੇ ਕਹਿਣਾ ਕੈਨੇਡਾ ਚੱਲਾ ਵਾ, ਹੈ ਨਾ ਕੈਨੇਡਾ ਨਹੀਂ ਚੱਲਦਾ, ਅੱਗੇ ਚੱਲਾਂ ਲੱਗ ਜੂਗਾ ਪਤਾ ਸਾਰਿਆਂ ਨੂੰ, ਵੇਖ ਲਓ ਬਾਕੀ ਕਿੰਨੀ ਦੇਰ ਵੇਟ ਕਰਨੀ ਆਪਾਂ, ਕਿੰਨੀ ਦੇਰ, 4-5 ਵਜੇ ਹੈਗੀ ਹੈ ਨਾ, ਲਓ ਵੀ ਮਿੱਤਰੋ ਮੈਂ ਰੈਸਟ ਕਰਨ ਡਿਆ ਵਾਂ, ਅਤੇ ਮੰਮੀ ਵੀ ਰੈਸਟ ਕਰਦੇ ਪਏ ਆ, ਮੈਂ ਲੰਮੇ ਪੈ ਗਿਆ ਵਾਂ, ਅਤੇ ਮੈਂ ਹੋ ਗਿਆ ਵਾਂ ਮਾੜਾ ਜਿਹਾ, ਅਤੇ ਕਹਿੰਦੇ 4 ਵਜੇ ਚੈਕਿੰਗ ਹੈਗਾ ਵਾ, ਮਤਲਬ ਚੈਕਿੰਗ ਹੋਣੀ ਸਾਡੀ, 7 ਵਜੇ ਆਪਣੀ ਫਲਾਈਟ ਆ, ਕਿੰਨੇ ਘੰਟੇ ਲੱਗ ਗਏ, ਮਤਲਬ 5-6 ਘੰਟੇ ਲੱਜਣੇ, ਆਹੋ 5-6 ਘੰਟੇ ਲੱਜਣੇ ਆ, ਆਹ ਵੇਖ ਲਓ ਮੈਂ ਘਰੋਂ ਕੀ ਬਣ ਗਿਆ, ਮੇਰਾ ਕੀ ਜਲੂਸ ਨਿਕਲ ਗਿਆ, ਪਸੀਨੋ ਪਸੀਨੀ ਹੋ ਗਿਆ, ਵਿੱਚ ਵਿੱਚ ਠੰਡਾ ਹੋ ਜਾਂਦਾ ਮੌਸਮ, ਵਿੱਚ ਵਿੱਚ ਗਰਮੀ ਹੋ ਜਾਂਦੀ ਹੈ, ਅਤੇ ਬਸ ਫਿਰ ਯਾਰ ਹੁਣ ਰੈਸਟ ਕਰਦੇ ਪਏ, ਗਰਮੀ ਬੜੀ ਆ, ਬਾਕੀ ਲੋਕਾਂ ਨੂੰ ਮਤਲਬ ਬਾਕੀ ਮਤਲਬ ਮਾੜਾ ਮਾੜਾ ਲੋਕਾਂ ਨੂੰ ਪੁੱਛੀ ਜਾਂਦੇ ਹਾਂ ਸਿਸਟਮ ਸਾਰਾ, ਅਤੇ ਬਾਕੀ ਥੋੜ੍ਹਾ ਬਹੁਤਾ ਏਂਜਲ ਨੇ ਦੱਸਤਾ ਸੀ ਫੋਨ 'ਤੇ ਗੱਲ ਗੁੱਲ ਕਰ ਲਈ ਏਂਜਲ ਨਾਲ, ਅਤੇ ਬਾਕੀ ਮਾੜਾ ਮਾੜਾ ਪੁੱਛ ਕੇ ਆਪਾਂ ਕਹੀ ਜਾਂਦੇ ਆਪਣੇ ਹਿਸਾਬ ਨਾਲ, ਹੋਰ ਕੀ ਕਹਿੰਦੇ ਆ, ਹੋਰ ਬਸ ਫਿਰ ਯਾਰ ਹੁਣ ਆਪਾਂ ਜਦੋਂ ਅੰਦਰ ਜਾਵਾਂਗੇ ਫਿਰ ਉਦੋਂ ਵਲੋਗ ਬਣਾਵਾਂਗੇ, ਬਾਕੀ ਏਂਜਲ ਕਹਿੰਦੀ ਸੀ ਕਿ ਅੰਦਰ ਵਲੋਗ ਨਾ ਬਣਾਇਓ ਜਿੱਥੇ ਚੈਕਿੰਗ ਕਰਨਗੇ, ਜਿੱਥੇ ਮਤਲਬ ਤੁਹਾਡੀ ਚੈਕਿੰਗ ਹੋਊ ਨਾ, ਉਹ ਜੋ ਵੀ ਚੈੱਕ ਬੈਗ ਵਗੈਰਾ ਚੈੱਕ ਜਿੱਥੇ ਵੀ ਕਰਦੇ ਆ ਸਾਨੂੰ ਚੈੱਕ ਕਰਦੇ, ਉੱਥੇ ਕਹਿੰਦੀ ਸੀ ਵਲੋਗ ਨਾ ਬਣਾਇਓ, ਮਾੜਾ ਮੋਟਾ ਵਲੋਗ ਬਣਾਉਣਾਗੇ, ਠੀਕ ਹੈ, ਤੁਸੀਂ ਵੀ ਵਿੱਚ ਵਿੱਚ ਵਲੋਗ ਬਣਾ ਦਿਓ ਫੋਨ ਫੜ ਕੇ, ਮੈਂ ਇਕੱਲਾ ਯਾਰ ਵਲੋਗ ਬੜਾ ਔਖਾ ਬਣਦਾ ਵਾ ਮੇਰੇ ਕੋਲ, ਠੀਕ ਹੈ, ਟਾਈਮ ਹੋ ਗਿਆ ਜੇ, ਆਹ ਸਮਾਨ ਸਾਰਾ, ਬੋਰਡਿੰਗ ਪਾਸ, ਆਧਾਰ ਕਾਰਡ, ਸਾਰਾ ਕੁਛ ਲੈ ਲਿਆ, ਚਲੀਏ, ਚਲੋ ਫਿਰ ਚੱਕੀਏ ਟੈਚੀ, ਚਲੀਏ, ਲੈਨ ਲੱਗੀ ਹੋਈ ਆ ਜੀ ਮਿੱਤਰੋ, ਆਪਾਂ ਏਅਰਪੋਰਟ ਦੇ ਅੰਦਰ ਆ ਚੁੱਕੇ ਹਾਂ, ਠੀਕ ਹੈ, ਅਤੇ ਬਾਹਰ ਲਾਈਨਾਂ ਲੱਗੀਆਂ ਸੀਗੀਆਂ, ਬਾਹਰੋਂ ਆਪਣਾ ਸਾਰਾ ਕੁਛ ਕਲੀਅਰ ਹੋ ਚੁੱਕਾ ਵਾ, ਜੋ ਵੀ ਉਹਨਾਂ ਨੇ ਫੋਰਮੈਲਿਟੀਜ਼ ਕਰਨੀਆਂ ਸੀ, ਆਪਣੇ ਪਾਸਪੋਰਟ ਵਗੈਰਾ ਚੈੱਕ ਕਰਨੇ, ਜੋ ਵੀ ਚੈੱਕ ਕਰਨੇ ਸੀ ਉਹ ਕਰਾ ਦਿੱਤਾ ਆਪਾਂ, ਠੀਕ ਹੈ, ਅਤੇ ਹੁਣ ਆਪਣੀ 4 ਵਜ ਗਏ, ਆਪਣਾ ਚੈੱਕ ਇਨ ਦਾ ਟਾਈਮ ਹੋ ਗਿਆ ਵਾ, ਠੀਕ ਹੈ, ਅਤੇ 7 ਵਜੇ ਦੀ ਫਲਾਈਟ ਆ, ਅਤੇ ਮੇਰੇ ਹਿਸਾਬ ਨਾਲ 2-3 ਘੰਟੇ ਆਪਾਂ ਨੂੰ ਬਹਿਣਾ ਪੈਣਾ, ਹੈ ਨਾ 2-3 ਘੰਟੇ ਆਪਾਂ ਬਹਿੰਦੇ ਹਾਂ, ਤਾਂ ਥੋੜ੍ਹਾ ਬਹੁਤਾ ਇੱਥੇ ਲੱਭਦੇ ਖਾਣ ਪੀਣ, ਭੁੱਖ ਬਹੁਤ ਸਵੇਰ ਦੀ ਲੱਗੀ ਹੋਈ ਆ, ਠੀਕ ਆ, ਅਤੇ ਉਸ ਤੋਂ ਬਾਅਦ ਫਿਰ ਆਪਣੀ ਫਲਾਈਟ ਹੈਗੀ ਆ, ਫਿਰ ਫਲਾਈਟ ਦੇ ਵਿੱਚ ਜਾਵਾਂਗੇ, ਉੱਥੇ ਤਾਂ ਫੋਨ ਸਵਿੱਚ ਓਫ ਕਰਾ ਦਿੰਦੇ ਹਾਂ, ਵਲੋਗਿੰਗ ਆਪਾਂ ਕਰ ਲਵਾਂਗੇ ਪਰ ਫੋਨ ਸਵਿੱਚ ਓਫ, ਏਅਰਪਲੇਨ ਮੋਡ 'ਤੇ ਫੋਨ ਲੱਗ ਜਾਣਾ ਵਾ, ਅਤੇ ਬਾਕੀ ਆਪਾਂ ਸਿੰਪਲ ਕੈਮਰੇ 'ਤੇ ਬਣਾਈ ਜਾਵਾਂਗੇ, ਕੋਈ ਵੀਡੀਓ ਬਣਾਉਣੀ ਹੋਈ ਜਾਂ ਵਲੋਗ ਵੀ ਬਣਾ ਲਿਆਂਗੇ, ਹੈ ਨਾ ਲੋ ਵੀ ਮਿੱਤਰੋ, ਆਪਾਂ ਹੁਣ ਕੁਛ ਖਾਣ ਪੀਣ ਆਏ ਸੀਗੇ, ਥੋੜ੍ਹਾ ਟਾਈਮ ਹਲੇ ਹੈਗਾ ਵਾ ਲੱਗਣਾ ਵਾ, ਮੈਂ ਕਿਹਾ ਚੱਲ ਕੁਛ ਖਾ ਲਈਏ, ਭੁੱਖ ਬੜੀ ਲੱਗੀ ਸੀ, ਕੀ ਕਰਾਇਆ ਜੀ ਆਪਣੇ ਵਾਸਤੇ? ਮੈਂ ਆਪਣੇ ਲਈ ਪੂਰੀ ਛੋਲੇ ਮਸਾਲਾ ਡੋਸਾ, ਮੇਰੇ ਵਾਸਤੇ ਮਸਾਲਾ ਡੋਸਾ ਕਰਾਇਆ ਵਾ, ਤੇ ਹੋਰ ਕੀ ਕਰਾਇਆ, ਹੋਰ ਖਾਣਾ ਕੁਝ ਦੱਸੋ, ਕੰਮ ਕਰੋ, ਇਡਲੀ ਸਾਂਬਰ, ਹੋਰ ਦੱਸੋ, ਬਸ ਉਹ ਤੋਂ ਬਾਅਦ ਕੀ ਕਰਨਾ ਆਪਾਂ, ਚਲੀਏ ਗੋਲ ਗੱਪੇ, ਕੀ ਗੋਲ ਗੱਪੇ, ਗੋਲਡ ਪਿਕ, ਗੋਲ ਗੱਪੇ, ਅੱਛਾ ਗੋਲ ਗੱਪੇ, ਠੀਕ ਆ, ਉਹ ਤੋਂ ਬਾਅਦ ਆਪਾਂ ਫਿਰ ਬਹਿਣਾ ਥੋੜੀ ਦੇਰ, ਹਲੇ 7 ਵਜੇ ਦੀ ਫਲਾਈਟ ਹੈਗੀ ਆ, ਬਸ ਆਪਾਂ ਹੁਣ ਖਾ ਪੀ ਲਈਏ, ਉਸ ਤੋਂ ਬਾਅਦ
ਆਪਣੀ ਫਲਾਈਟ 7 ਵਜੇ ਦੀ ਹੈਗੀ, ਫਿਰ ਆਪਾਂ ਘੁੰਮਦੇ ਫਿਰਦੇ ਰਹਾਂਗੇ। ਲਓ ਵੀ ਮਿੱਤਰੋ, ਹੁਣ ਆਪਾਂ ਚੈੱਕ ਇਨ ਗੇਟ ਨੰਬਰ 45 ਚੱਲੇ ਹਾਂ, ਅਤੇ ਆਪਾਂ ਸਾਰਾ ਖਾ ਪੀ ਲਿਆ ਸੀਗਾ, ਰੋਟੀ ਪਾਣੀ ਆਪਾਂ ਖਾ ਲਈ, ਲੰਘ ਜਾਓ ਜੀ ਲੰਘ ਜਾਓ, ਅਤੇ ਰੋਟੀ ਪਾਣੀ ਆਪਾਂ ਖਾ ਲਈ ਸੀਗੀ, ਪੇਟ ਆਪਣੇ ਦੋਵਾਂ ਦੇ ਹੋ ਗਏ ਫੁੱਲ, ਅਤੇ ਹੁਣ ਆਪਾਂ ਜਾਂਦੇ ਪਏ ਹਾਂ, ਠੀਕ ਹੈ, ਆ ਲਿਫਟ ਦੇ ਨਾਲ। ਇਸ ਤੋਂ ਬਾਅਦ ਆਪਾਂ ਮੇਰੇ ਹਿਸਾਬ ਨਾਲ ਆਪਣੇ ਸਾਨੂੰ ਜਹਾਜ਼ ਮਿਲ ਜਾਣਾ ਆਪਣਾ, ਹੈ ਨਾ, ਵੇਟ ਕਰਨ ਦਿਆ ਹੱਡੀ 7-10 ਤੇ ਹੱਡੀ ਵੇਟ ਕਰਦਾ ਪਿਆ, ਕਦੋਂ ਮੈਂ ਸ਼ਰਮਾ ਹੋਣੀ ਅਤੇ ਉਹਦੇ ਮਦਰ ਆਉਣ, ਅਤੇ ਆਪਾਂ ਬਹੀਏ ਆਰਾਮ ਨਾਲ ਰਿਲੈਕਸ ਹੋ ਕੇ। ਮੈਨੂੰ ਇੰਨੀ ਕੁ ਜ਼ਿਆਦਾ ਨੀਂਦ ਆਈ ਹੈ ਨਾ, ਕੋਈ ਹੱਦ ਨਹੀਂ ਹੈਗੀ ਨੀਂਦ ਦੀ, ਅਤੇ ਆਪਾਂ ਹੁਣ ਜਾਣੇ ਪਏ, ਹੁਣ ਆਪਾਂ ਨੂੰ ਇੱਧਰੋਂ ਵਿਖਣਗੇ, ਚਲੋ ਦੇਖਦੇ ਹਾਂ ਆਪਾਂ। ਮੈਂ ਤਾਂ ਜ਼ਿੰਦਗੀ 'ਚ ਪਹਿਲੀ ਵਾਰੀ ਏਅਰਪੋਰਟ ਦੇ ਅੰਦਰ ਆਇਆ ਵਾਂ, ਦੇਖਦੇ ਕੀ ਸਿਸਟਮ ਹੈਗਾ। ਉੱਤਰੋਂ ਪਹੁੰਚ ਚੁੱਕੇ ਹਾਂ, ਚੈੱਕ ਕਰ ਲਓ ਕਿਹੜੇ ਕਿਹੜੇ ਤੜੇ ਜਹਾਜ਼ ਮੁੱਤੇ ਆ। ਉਹ ਕਿੱਥੇ ਚਲੀਏ, ਚਲਾਓ ਫਿਰ। ਉਹ ਵੀ ਮਿੱਤਰੋ, ਆਪਾਂ ਆਪਣੇ ਜਹਾਜ਼ 'ਚ ਬਹਿ ਗਏ ਅਤੇ ਮੈਨੂੰ ਵਿੰਡੋ ਵਾਲੀ ਸੀਟ ਪਸੰਦ ਆ ਵਾ, ਮੈਨੂੰ ਉਹੀ ਮਿਲੀ ਆ, ਠੀਕ ਆ। ਹਾਂਜੀ ਆ ਜਾਓ। ਕਿੰਨੀ ਵਾਰੀ ਬੈਠੇ ਜਹਾਜ਼ 'ਚ? ਪਹਿਲੀ ਦੀ ਬੈਠੇ ਜੀ। ਕੁਛ ਜੇ ਤੁਹਾਡੇ ਮੁੰਡੇ ਤੁਹਾਨੂੰ ਜਹਾਜ਼ ਦਾ ਸਫ਼ਰ ਕਰਾ ਦਿੱਤਾ, ਅੱਗੋਂ ਆਪਾਂ ਹੋਰ ਵੀ ਥਾਵਾਂ 'ਤੇ ਘੁੰਮਣ ਜਾਵਾਂਗੇ, ਹਲੇ ਤਾਂ ਆਪਾਂ ਇੱਥੇ ਲੱਗਦਾ ਕਿ ਚੱਲੇ ਹਾਂ, ਅਤੇ ਅੱਗੋਂ ਆਪਾਂ ਹੋਰ ਵੀ ਵਧੀਆ ਵਧੀਆ ਥਾਵਾਂ 'ਤੇ ਘੁੰਮਣ ਜਾਵਾਂਗੇ, ਹੋਰ ਆਪਣੇ ਟੈਚੀ ਵਗੈਰਾ ਸਾਰੇ ਆਪਣੇ ਡਿੱਗੀ 'ਚ ਹੋਣਗੇ ਨਾ, ਇਹਦੀ ਵੀ ਡਿੱਗੀ ਹੁੰਦੀ ਹੈ, ਅਤੇ ਹੁਣ ਮੈਨੂੰ ਨੀਂਦ ਬਹੁਤ ਆਈ ਹੋਈ ਹੈ, ਮੈਂ ਬਹੁਤ ਜ਼ਿਆਦਾ ਨੀਂਦ ਨਾਲ ਮਜਬੂਰ ਹੋਇਆ ਹੋਇਆ, ਹੁਣ ਮੈਂ ਸੋ ਜਾਣਾ, ਰੌਲਾ ਪਾਇਆ ਲੋਕਾਂ ਨੇ ਇੱਕ ਤਾਂ, ਹੁਣ ਮੈਂ ਆਰਾਮ ਨਾਲ ਸੋ ਜਾਣਾ, ਤੁਸੀਂ ਸੋਣਾ ਵਾ, ਮੈਂ ਆਰਾਮ ਨਾਲ ਹੁਣ ਸੋ ਜਾਣਾ ਵਾ, ਠੀਕ ਹੈ, ਅਤੇ ਜਦੋਂ ਆਪਾਂ ਕੁਛ ਖਾਵਾਂਗੇ ਪੀਵਾਂਗੇ ਉਦੋਂ ਵਲੋਗ ਕਰਾਂਗੇ। ਬਾਕੀ ਵੇਖ ਲਓ ਭਰਾ, ਜਹਾਜ਼ ਹੀ ਹੈਗਾ ਵਾ, ਠੀਕ ਹੈ, ਅਤੇ ਬਾਕੀ ਚਲੋ ਤੁਹਾਨੂੰ ਅੱਗੇ ਦੱਸ। ਜ਼ਰੂਰੀ ਹੁੰਦੀ ਹੈ, ਕਿਉਂ? ਸੇਫਲੀ ਕੀ ਗੱਡੀ 'ਚ ਥੋੜ੍ਹੀ ਬੈਠਾ? ਨਹੀਂ ਨਹੀਂ, ਅੱਛਾ ਜਹਾਜ਼ 'ਤੇ ਜ਼ਰੂਰੀ ਹੁੰਦੀ, ਬਣਾਈ ਹੈ ਅਤੇ ਲਾਉਣੀ ਪੈਣੀ ਹੈ, ਝਟਕਾ ਵਾ ਇਹਦਾ, ਝਟਕਾ ਟਰਾਈ ਦਾ ਵੀ ਟਰਾਈ ਖਰਾਬ ਹੋ ਗਿਆ। ਇੰਟੈਲੀਜੈਂਟ ਮੁੰਡਾ ਤੁਹਾਡਾ ਜਿਹੜਾ ਤੁਹਾਨੂੰ ਇੱਥੋਂ ਤੱਕ ਲੈ ਆ ਇਕੱਲਾ ਆਪਣੇ ਦਮ 'ਤੇ ਲੈ ਆ, ਹੁਣ ਇੰਟੈਲੀਜੈਂਟ ਮੁੰਡਾ ਹੀ ਆ। ਚਲੋ ਰੈਸਟ ਕਰੀਏ ਹੁਣ ਆਰਾਮ। ਖਾਣ ਪੀਣ ਦਾ ਕੀ ਮਸਲਾ? ਕੁਛ ਨਹੀਂ, ਸੋਣਾ ਕੁਛ ਤਾਂ ਮਿਲੂਗਾ ਖਾਣ ਪੀਣ ਨੂੰ, ਉਹ ਵੇਖੀ ਜਾਏਗੀ, ਹਜੇ ਨਹੀਂ ਕੁਛ ਪਤਾ। ਚੰਗਾ, ਪੇਟ ਭਰੇ ਹੋਏ ਆ, ਉੱਥੇ ਜਾ ਕੇ ਆਪਾਂ ਲੋਚਾ ਖਾਣਾ, ਲੋਚਾ ਮੈਨੂੰ ਕਹਿੰਦੀ ਸੀ ਲੋਚਾ ਜ਼ਰੂਰ ਖਾ ਗਏ, ਉੱਥੋਂ ਦਾ ਫੇਮਸ ਹੈਗਾ ਲੋਚਾ, ਉੱਥੋਂ ਦਾ ਫੇਮਸ ਹੈਗਾ ਲੋਚਾ, ਉਹ ਖਾ ਗਿਆ ਨਾ ਆਪਾਂ, ਪਹੁੰਚਣਾ ਰਾਤ ਤੱਕ ਪਹੁੰਚਣਾ ਨਾ, ਰਾਤੇ ਸਾਰੀ ਰੈਸਟ ਕਰਾਂਗੇ, ਸ਼ਾਮ ਤੱਕ ਜਾਂ ਰਾਤ ਤੱਕ ਪਹੁੰਚ ਜਾਂਗੇ, ਮੇਰੇ ਸਾਰਾ ਰਾਤ ਤੱਕ ਰੈਸਟ ਕਰਾਂਗੇ, ਫਿਰ ਸ਼ਾਮੀ ਰਾਤ ਨੂੰ ਜੇ ਦਿੱਲੀ ਤੱਕ ਘੁੰਮ ਫਿਰ ਕੇ ਆਵਾਂਗੇ, ਅਤੇ ਸਵੇਰੇ ਆਪਾਂ ਘੁੰਮ ਫਿਰ ਕੇ ਫਿਰ ਆਵਾਂਗੇ, ਰਾਤੀ ਵੱਖਰਾ ਘੁੰਮਾਂਗੇ ਸਵੇਰੇ ਵੱਖਰਾ ਘੁੰਮਾਂਗੇ, ਕੁਛ ਨਾ ਕੁਛ ਮੰਮੀ ਨੂੰ ਵੀ ਸ਼ੋਪਿੰਗ ਸ਼ੂਪਿੰਗ ਕਰਾ ਦਾਂਗੇ ਕਿਤੋਂ ਨਾ ਕਿਤੋਂ। ਥੈਂਕ ਯੂ, ਠੀਕ ਹੈ, ਮੈਨੂੰ ਵੀ ਕਰਾ ਦਿਓ, ਤੁਸੀਂ ਲਿਆ ਦੇਣੇ ਕੱਪੜੇ ਮੈਨੂੰ। ਚਲੋ ਯਾਰ ਮੈਂ ਰੈਸਟ ਲਗਾ ਕਰਨਾ ਵਿੱਚ ਵਿੱਚ, ਬਾਏ ਬਾਏ ਦੇ ਕਰਨ ਸਾਰਿਆਂ ਨੂੰ, ਸਾਨੂੰ ਚਾਹੇ ਉੱਡਣ ਲੱਗਾ ਆਪਣਾ ਐਰੋਪਲੇਨ।
ਇੱਕ ਤੇ ਨੇ ਬੈਲਟ ਨੇ ਜਾਨ ਲੈਣੀ ਕੀਤੀ ਟਾਈਟ ਬੜੀ ਆ ਸਾਰੀ ਗੱਲਾਂ ਛੱਡੋ ਜਹਾਜ਼ ਉੱਡ ਲੈਣ ਤੋਂ ਮੈਨੂੰ ਬੜਾ ਵਧੀਆ ਲੱਗਦਾ ਪਿਆ ਇਹ ਪਰ ਇਹਨਾਂ ਨੂੰ ਬਾਰੀਆਂ ਚਾਹੀਦੀਆਂ ਵੱਡੀਆਂ ਵੱਡੀਆਂ ਬਣਾਉਂਦੇ ਹੈ ਨਾ ਬਾਰੀਆਂ ਬਹੁਤ ਛੋਟੀਆਂ ਲੈ ਕੰਮ ਹੀ ਨਬੇੜਤਾ ਜੇ ਕਰਤਾ ਉਹੀ ਕੰਮ ਲੈ ਖੋਲ ਕੇ ਮੈਨੂੰ ਫੜਾ ਦਿੱਤੀ ਆ ਫੜੋ ਇਹਨੂੰ ਮੈਂ ਤਾਂ ਮਹਾਂ ਲਾਈ ਤੁੱਕੇ ਸੁੱਤੇ ਠੀਕ ਕੋਈ ਨਹੀਂ ਲੱਗ ਗਈ ਆਪਾਂ ਵੀ ਲੈਣੀ ਮਿੱਤਰੋ ਉਹ ਵੀ ਉੱਡਣ ਲੱਗਾ ਜੇ ਉੱਡ ਜਾ ਸਪੀਡ ਵੱਧ ਗਈ ਬਹੁਤ ਜ਼ਿਆਦਾ ਐਤਕੀ ਪੱਕਾ ਉੱਡ ਹੀ ਗਿਆ ਵਾ ਉੱਡ ਗਿਆ ਜੇ ਸਪੀਡ ਵੱਧ ਗਈ ਆ ਉੱਡ ਗਿਆ ਜੇ ਓਏ ਨਿੱਕਾ ਨਿੱਕਾ ਲੱਗਣ ਦਾ ਸਾਰਾ ਕੁਛ ਚੈੱਕ ਕਰ ਲਓ ਦੁਨੀਆ ਵੇਖੋ ਦੁਨੀਆ ਇੱਥੇ ਤੇ ਕੁਛ ਹੋਇਆ ਜਗਦਮ ਉਹ ਵੇਖੋ ਮਿੱਤਰੋ ਇਹ ਇੱਕ ਮਿੰਟ ਇੱਥੇ ਫਲੈਸ਼ ਲਾਈਟ ਪਾਵੇ ਅੱਗੇ ਹਾਂਜੀ ਮਿੱਤਰੋ ਆਪਾਂ ਫਾਈਨਲੀ ਸੂਰਤ ਪਹੁੰਚ ਗਏ ਹਾਂ ਇਹ ਹੈਗਾ ਸੂਰਤ ਦਾ ਏਅਰਪੋਰਟ ਉੱਥੋਂ ਆਉਣੇ ਨਾ ਆਪਣੇ ਬੈਗ ਹੁਣ ਉੱਧਰੋਂ ਆਪਣੇ ਬੈਗ ਆਉਣੇ ਲਓ ਵੀ ਮਿੱਤਰੋ ਫਾਈਨਲੀ ਆਪਾਂ ਸੂਰਤ ਪਹੁੰਚ ਗਏ ਹਾਂ ਬਹੁਤ ਜ਼ਿਆਦਾ ਥਕਾਨ ਹੋ ਗਈ ਆ ਆਹ ਵੇਖ ਲਓ ਸੂਰਤ ਦਾ ਏਅਰਪੋਰਟ ਹੈ ਨਾ ਅਤੇ ਹੁਣ ਆਪਾਂ ਰੂਮ ਵਗੈਰਾ ਲੱਭਣਾ ਵਾ ਕਿ ਕੋਈ ਬੁੱਕ ਬੱਕ ਕਰਾਇਆ ਨੀਂਦ ਬੜੀ ਭਿਆਨਕ ਆਈ ਹੋਈ ਆ ਅਤੇ ਹੁਣ ਆਪਾਂ ਆਟੋ ਕਰਨ ਲੱਗੇ ਹਾਂ ਅਸੀਂ ਆਟੋ 'ਤੇ ਚੱਲੇ ਸੀਗੇ ਅਤੇ ਭਈਆ ਕਹਾਂ ਪਰ ਲੈ ਕੇ ਜਾ ਰਹੇ ਹਾਂ ਮੈਂ ਅਬ ਰੇਲਵੇ ਸਟੇਸ਼ਨ ਪਰ ਲੈ ਕੇ ਜਾ ਰਹੇ ਹਾਂ ਅੱਛਾ ਵਾਂ ਪਰ ਕਿਆ ਮਤਲਬ ਹੋਟਲ ਵਗੈਰਾ ਹੋਟਲ ਲੈ ਸੇ ਸੋ ਅੱਛਾ ਹੋਗਾ ਅੱਛਾ ਬੜੀਆ ਵਾਲਾ ਹੋਟਲ ਚਲੇ ਫਿਰ ਓਕੇ ਚਲੋ ਭਈ ਹਾਂ ਮੰਮੀ ਇਹ ਚਲੀਏ ਚਲੋ ਯਾਰ ਆਪਾਂ ਹੁਣ ਆਪਣਾ ਰੂਮ 'ਚ ਚੱਲੇ ਹਾਂ ਹੋਟਲ ਲੱਭਣ ਲੱਗੇ ਹਾਂ ਮੈਂ ਭਾਈ ਨੂੰ ਸਾਰਾ ਪਤਾ ਸਿਸਟਮ ਇੱਧਰ ਦਾ ਠੀਕ ਆ ਅਤੇ ਥਕਾਨ ਇੰਨੀ ਕੁ ਜ਼ਿਆਦਾ ਹੋਈ ਹੋਈ ਨਾ ਤੁਹਾਨੂੰ ਨੀਂਦ ਨਹੀਂ ਆਈ ਮੈਂ ਸਾਰੇ ਰਸਤੇ ਨੀਂਦ ਨਹੀਂ ਦੀ ਸਾਰੇ ਵਲੋਗ 'ਚ ਨੀਂਦ ਨਹੀਂ ਦੀ ਕਰਦਾ ਰਿਹਾ ਚਲੀਏ ਚਲੋ ਯਾਰ ਆਪਾਂ ਚੱਲਦੇ ਹਾਂ ਹਾਂਜੀ ਮਿੱਤਰੋ ਫਾਈਨਲੀ ਸਾਨੂੰ ਕਮਰਾ ਲੱਭ ਗਿਆ ਟਾਈਮ ਸਿਰ ਹੀ ਪਹਿਲੀ ਵਾਰ 'ਚ ਹੁਣ ਲੱਭ ਗਿਆ ਨੀਂਦਰਾਂ ਅੱਗੇ ਮੇਰੀਆਂ ਅੱਖਾਂ ਵੇਖੋ ਅਤੇ ਮੈਂ ਲੱਗਿਆ ਸੌਣ ਮੰਮੀ ਵੀ ਵਿਚਾਰੇ ਰੈਸਟ ਮੋਡ 'ਤੇ ਬੈਠੇ ਆ ਠੀਕ ਆ ਅਤੇ ਆਪਾਂ ਰੋਟੀ ਵਗੈਰਾ ਖਾਣ ਲੱਗੇ ਹਾਂ ਹੋਟਲ ਵਾਲਿਆਂ ਥੱਲੇ ਕਹਿੰਦੇ ਆਪਾਂ ਰੋਟੀ ਕਰਵਾ ਦਾਂਗੇ ਆਪਾਂ ਨੂੰ ਸੁੱਖਣਾ ਵਧੀਆ ਮਿਲ ਗਿਆ ਐਂ ਏਸੀ ਵਾਲਾ ਸਵੇਰੇ ਟਾਈਮ ਸਿਰ ਉੱਠ ਵੀ ਜਾਇਓ ਆਪਾਂ ਘੁੰਮ ਫਿਰ ਕੇ ਆਉਣਾ ਵਾ ਸਵੇਰੇ ਮਿੱਤਰੋ ਆਪਾਂ ਘੁੰਮ ਫਿਰ ਕੇ ਆਵਾਂਗੇ ਅਤੇ ਹੁਣ ਮੈਂ ਸੋ ਹੀ ਜਾਣਾ ਰੋਟੀ ਖਾਣੀ ਹੈ ਕਰੀ ਉਹ ਤੋਂ ਬਾਅਦ ਮੈਂ ਸੋ ਜਾਣਾ ਵਾ ਅਤੇ ਸਵੇਰੇ ਟਾਈਮ 'ਤੇ ਉਠਾ ਦਿਓ ਮੈਨੂੰ
ਠੀਕ ਹੈ ਸਵੇਰੇ ਮੈਨੂੰ ਉਠਾ ਦਿਓ ਅਤੇ ਸਵੇਰੇ ਆਪਾਂ ਫਿਰ ਘੁੰਮ ਫਿਰ ਕੇ ਆਵਾਂਗੇ ਬਾਕੀ ਵਲੋਗ ਨੂੰ ਇੱਥੇ ਹੀ ਐਂਡ ਕਰਦੇ ਹਾਂ ਵਲੋਗ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਆਪਾਂ ਅਗਲੇ ਵਲੋਗ 'ਚ ਉਹ ਵੀ ਘੈਂਟ ਜਿਹਾ ਹੀ ਹੋਵੇਗਾ ਚੰਗਾ